पैसे कर दी फोन दो फोन हिसाब कर जिन्हों मैं भी अगे गए माता कोई पता नहीं तेन एक मिनट मेरे सारे भरा वा कुछ नहीं भाजी हुई आए थे जो राजन भाजी साबी पैसे नहीं दिते थे इन्हों का अपना साइप्रस का सीगा केस जिदा गल की साढ़े 9 लाख रुपये इन्हों का मेरे को 2 लाख रुपया आया सीगा पैसे अगे भेजे थे इन्हों का एक बंदे का वीजा कढ़वाया सीगा मुड़ के राजन भाजी उन्होंने आपां नूं पिछे पाता मुड़ के इन्हों का भी नहीं फोन चक्या दफ्तर है भाजी भाजी उन्हें दफ्तर आए भैया हाँ जी चलो आ जाओ तुम यार आ जाओ जवाब दूंगा मैं भाजी सच्चा बैठा वा मैं झूठा नहीं हैगा वा इन्हे भरा आए अपने जी आया नु पहले नंबर ते सारे नु सत श्री अकाल सारे नु ਵੱਡੇ ਭਾਜੀ ਗੱਲ ਹੋਈ ਹੈ ਜੀ ਇਹਦਾ ਅੱਜ ਤੋਂ ਫਰਵਰੀ ਦੀ ਗੱਲ ਹੈ ਜੀ ਇਹ ਆ ਵੀਡੀਓ ਦੇਖ ਇੱਕ ਮਿੰਟ ਭਾਜੀ ਮੇਰੀ ਵੀਡੀਓ ਹੋਈ ਆ ਮੈਨੂੰ ਪਤਾ ਵਾ ਆਪਣੇ ਰਕੇਸ਼ ਭਾਜੀ ਉਹਨਾਂ ਨੇ ਕੀਤੀ ਸੀ ਰਕੇਸ਼ ਭਾਜੀ ਉਹਨਾਂ ਨੇ ਕੀਤੀ ਅਸੀਂ ਬਣਾਈ ਗੱਲ ਇਹ ਸੀ ਕਿ ਵੱਡੇ ਭਾਜੀ ਪੱਤਰਕਾਰ ਕੀ ਕਿਹੜੇ ਕਿਹੜੇ ਪੱਤਰਕਾਰ ਹਾਂਜੀ ਭਾਜੀ ਪੱਤਰਕਾਰ ਹੋ ਆ ਜਾਓ ਭਾਜੀ ਇਹ ਐਂਟੀ ਕਰਪਸ਼ਨ ਤੋਂ ਆਪਣੇ ਚੇਅਰਮੈਨ ਭਾਜੀ ਉਹਨੇ ਇਹਨਾਂ ਤੋਂ ਦਫ਼ਤਰ ਆ ਮੈਂ ਤਾਂ ਇੱਥੇ ਕੰਮ ਕਰਦਾ ਹਾਂ ਦੱਸੋ ਕੀ ਹੋਇਆ ਹੁਣ ਤੁਸੀਂ ਮੇਰੇ ਅਰਜੀ ਪੈਸੇ ਵਾਪਸ ਕਦੋਂ ਕਰੋਗੇ ਗੱਲ ਖਤਮ ਇੱਕ ਮਿੰਟ ਭਾਜੀ ਕਿਹਦਾ ਕੇਸ ਹੈ ਇਹ ਰਾਜਨ ਦਾ ਕੇਸ ਹੈਗਾ ਤਾਂ ਸਾਬੀ ਦਾ ਕੇਸ ਹੈ ਮੇਰੀ ਤੇਰਾ ਕੀ ਲੈਣ ਦੇਣ ਵਿੱਚ ਇਸ ਨੂੰ ਦਿੱਤੇ ਗਏ ਪੈਸੇ ਇੱਕ ਮਿੰਟ ਮੈਂ ਪੂਰੀ ਗੱਲ ਦੱਸੂੰਗਾ ਤੇਰਾ ਕੀ ਲੈਣ ਦੇਣ ਵਿੱਚ ਇਹਦੇ ਵਿੱਚੋਂ ਭਾਜੀ ਲੈਣ ਦੇਣ ਮੇਰਾ ਕੋਈ ਨਹੀਂ ਹੈਗਾ ਵਾ ਹਾਂ ਵੱਡੂ ਇੱਕ ਮਿੰਟ ਗੱਲ ਕਰਦਾ ਪੁੱਤਰ ਥੋੜਾ ਬੰਦ ਕਰ ਹਾਂਜੀ ਤੇਰਾ ਕੀ ਲੈਣ ਦੇਣ ਵਿੱਚ ਮੇਰਾ ਭਾਜੀ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਆ ਸਾਬੀ ਦੇ ਦਫ਼ਤਰ 'ਚ ਮੈਂ ਕੰਮ ਕਰਦਾ ਸੀਗਾ ਹਾਂ ਡਾਇਰੈਕਟ ਅਬਰੋਡ ਦਾ ਆਫਿਸ ਹੈ ਸਾਥੀ ਮਾਰਕੀਟ ਆ ਮਾਤਾ ਜੀ ਹੁਣੀ ਆ ਮਾਤਾ ਜੀ ਉਹਨਾਂ ਕੋਲ ਕੈਮਰਾ ਮਾਰਦਾ ਹੈ ਮਾਤਾ ਜੀ ਹੁਣੀ ਆਏ ਸੀਗੇ ਆਪਣੇ ਕੋਲ ਉੱਥੇ ਬਹਿ ਕੇ ਇਹਨਾਂ ਕੋਲੋਂ ਪੈਸੇ ਲਿੱਤੇ ਸਾਬੀ ਦੇ ਦਫ਼ਤਰ 'ਚ ਹਾਂਜੀ ਤੇ ਸਾਬੀ ਦੇ ਦਫ਼ਤਰ 'ਚ ਪੈਸੇ ਲਿੱਤੇ ਆ ਇਹਨਾਂ ਨਾਲ ਕਮਿਟਮੈਂਟ ਹੋਈ ਸੀਗੀ ਸਾਈਪ੍ਰੈਸ ਦੀ ਸਾਈਪ੍ਰੈਸ ਦਾ ਜੀ ਇਹਨਾਂ ਨੇ ਰੇਟ ਕੀਤਾ ਸੀਗਾ 4.5 ਲੱਖ 5-5 ਲੱਖ ਰੁਪਈਆ ਜਿਹਦੇ ਵਿੱਚੋਂ ਇੱਕ ਪ੍ਰੋਬਲਮ ਵੱਡੀ ਆ ਗਈ ਸੀਗੀ ਉਹ ਮੈਂ ਤੁਹਾਡੀ ਸਾਰੇ ਭਰਾ ਜਿੰਨੇ ਵੀਰ ਹੈਗੇ ਆ ਮੈਂ ਸਾਰੇ ਨਾਲ ਸ਼ੇਅਰ ਨਹੀਂ ਕਰ ਸਕਦਾ ਆਪਣੇ ਫਤਿਹ ਭਰਾ ਦੀ ਜਿਹੜੀ ਪ੍ਰੋਬਲਮ ਸੀ ਨਹੀਂ ਮਾਤਾ ਇੱਕ ਮਿੰਟ ਭਾਜੀ ਇੱਕ ਮਿੰਟ ਵੱਡੇ ਭਾਜੀ ਇੱਕ ਮਿੰਟ ਤੁਹਾਨੂੰ ਇੱਕ ਮਿੰਟ ਹਾਂਜੀ ਮੈਂ ਮੇਰੇ ਦਫ਼ਤਰ ਬੈਠਾ ਬਕਵਾਸ ਕਰੀ ਜਾਂਦਾ ਮੋਰੇ ਹਾਂਜੀ ਤੂੰ ਮੇਰੇ ਕੋਲ ਕੰਮ ਕਰਦਾ ਹੈ ਨਾ ਗੱਡੀ ਚਾਉਂਦਾ ਵੀ ਉੱਥੇ ਉੱਥੇ ਚੱਕਰ ਹੈ ਤੇ ਤੂੰ ਬਿਠਾ ਕੇ ਤੂੰ ਇੰਨਾ ਕੱਠ ਮਾਰ ਸਕਦਾ ਮੇਰੇ ਦਫ਼ਤਰ ਭਾਜੀ ਮੇਰੇ ਇੱਕ ਮਿੰਟ ਤੁਹਾਨੂੰ ਕਿਹਨੇ ਦਫ਼ਤਰ ਦੱਸਿਆ ਹੈ ਭਾਈ ਆ ਪੰਜ ਮਾਤਾ ਕਿਹਨੇ ਦੱਸਿਆ ਤੁਹਾਨੂੰ ਸੱਚ ਬੋਲੀ ਹੁਣ ਸਾਨੂੰ ਤਾਂ ਕਿਸੇ ਨੇ ਨਹੀਂ ਦਿੱਤਾ ਮੈਨੂੰ ਪਤਾ ਨਹੀਂ ਰਾਜਨੀਤੀ ਹੋ ਰਹੀ ਹੈ ਸਾਡੇ ਬਦਨਾਮੀ ਕਰਨਾ ਚਾਹੁੰਦੇ ਤੁਸੀਂ ਨਹੀਂ ਬਦਨਾਮੀ ਆ ਬੈਠਾ ਦੇ ਬਦਨਾਮੀ ਨੂੰ ਦਫ਼ਤਰ ਦੇ ਬਾਹਰ ਕੰਮ ਸੱਚੀ ਬਾਤ ਹੈ ਨੂੰ ਪਤਾ ਹੈ ਤਾਂ ਲੈ ਨਾ ਇੱਕ ਤੋਂ ਕੰਮ ਕਰਦਾ ਹੈ ਜੈਂਟ ਇਹਨੂੰ ਪੁੱਛੋ ਜੀ ਇਹਨੂੰ ਪੁੱਛੋ ਵੀ ਇਹਨੇ ਪੈਸੇ ਲੈਤੇ ਨਹੀਂ ਸਾਡੇ ਕੋਲ ਵੀਡੀਓ ਵੀ ਪਈ ਆ ਪਰ ਤੂੰ ਕਿਹਾ ਲੈ ਆ ਆ ਪਰ ਉਹ ਜਿਹਦੇ ਦਫ਼ਤਰ ਆ ਉਹ ਕਿਉਂ ਕਿੱਥੇ ਬੰਦਾ ਜਿਹੜਾ ਤੁਹਾਡਾ ਪੈਸੇ ਅਸੀਂ ਇਹਨੂੰ ਦਿੱਤੇ ਜੀ ਅਸੀਂ ਕਿਸੇ ਨੂੰ ਨਹੀਂ ਦਿੱਤੇ ਉਹ ਪੈਸੇ ਇਹਨੂੰ ਦਿੱਤੇ ਇਹਨੂੰ ਦਿੱਤੇ ਆ ਦੇ ਬਾਈ ਪੈਸੇ ਦੇ ਸਾਡੇ ਕੋਲ ਪੈਸੇ ਦੇ ਬਾਈ ਇੱਕ ਮਿੰਟ ਵੱਡੇ ਭਾਜੀ ਤੂੰ ਪੈਸੇ ਦੇ ਪੈਸੇ ਲਿੱਤੇ ਮੈਂ ਮੁੱਕਰਦਾ ਨਹੀਂ ਕਿੰਨੇ ਲਏ ਭਾਜੀ ਇੱਕ ਮਿੰਟ ਕਿੰਨੇ ਪਏ 2 ਲੱਖ ਰੁਪਇਆ ਆਇਆ ਸੀਗਾ ਵੱਡੇ ਭਾਜੀ ਠੀਕ ਹੈ ਜੀ ਉਹ ਸਾਬੀ ਦੇ ਦਫ਼ਤਰ 'ਚ ਬਹਿ ਕੇ ਸਾਬੀ ਨੇ ਕੰਮ ਫੜਿਆ ਪਾਸਪੋਰਟ ਮਾਤਾ ਸਾਬੀ ਨੇ ਵਾਪਸ ਕੀਤੇ ਤੁਹਾਨੂੰ ਹਾਂ
ਠੀਕ ਹੈ ਜੀ ਉਹ ਵੀ ਉਹ ਦੂਜੇ ਭਾਜੀ ਨੇ ਕਰਵਾਈ ਸੀ ਕਿਹੜਾ ਭਾਜੀ ਸੀ ਉਹ ਗੁਰਵਿੰਦਰ ਸਿੰਘ ਪਤਾ ਨਹੀਂ ਕੁਛ ਇੰਦਰ ਲੈਣ ਦੇ ਰਹਿਦਾ ਦੱਸ ਦੋ ਨਹੀਂ ਵੀਰ ਜੀ ਤੁਹਾਡਾ ਕੋਈ ਲੈਣ ਨਹੀਂ ਵੀਰ ਜੀ ਤੁਹਾਡਾ ਕੋਈ ਲੈਣ ਠੀਕ ਹੈ ਦੂਸਰੇ ਨੰਬਰ ਤੇ ਸਾਬੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਇਹਨਾਂ ਦਾ ਕੰਮ ਕਰਾ ਦੂੰਗਾ ਸਾਬੀ ਨੇ ਕੰਮ ਕਰਾਇਆ ਨਹੀਂ ਕਰਾਇਆ ਇੱਕ ਮਿੰਟ ਆਇਆ ਪੈਸੇ ਕਰੋ ਵਾਪਸ ਕਰੇਗਾ ਗੱਲ ਖਤਮ ਆ ਭਾਈ ਮੇਰੀ ਇੱਕ ਮਿੰਟ ਆਇਆ ਤਾਂ ਤੁਸੀਂ ਠੀਕ ਹੈ ਅੱਜ ਵਾਪਸ ਕਰ ਹੁਣ ਹਾਂ ਹੁਣ ਪੈਸੇ ਦੇ ਮੈਂ ਇੱਥੇ ਜੌਬ ਕਰਦਾ ਵਾਂ ਮੇਰੇ ਕੋਲ ਖਰੇ ਟਾਈਮ ਪੈਸੇ ਮੈਂ ਵੀ ਤੁਹਾਨੂੰ ਝੂਠ ਬੋਲਾਂ ਐਨੇ ਭਰਾ ਬੈਠੇ ਆ ਸੱਚ ਬੋਲ ਕੇ ਚੱਲਦਾ ਮੈਂ ਸੱਚ ਬੋਲ ਕੇ ਲੈ ਪੈਸੇ ਦੇ ਲੈ ਗਾ ਸਰ ਤੂੰ ਪੈਸੇ ਪੈਸੇ ਲੈ ਤੂੰ ਹਾਂ ਲੈਤੇ ਸਾਬੀ ਨੂੰ ਦਿੱਤੇ ਉਹਦਾ ਨਾਮ ਰੋਬਿਨ ਗੇਲ ਲੈ ਓਏ ਪੈਸੇ ਲੈ ਤੂੰਪੈਸੇ ਮੈਂ ਫੜੇ ਆ ਜੀ ਇਹਨਾਂ ਨੇ ਮੇਰੀ ਵੀਡੀਓ ਬਣਾਈ ਮੈਂ ਕਿੰਨੇ ਪੈਸੇ ਲਏ ਉਹਨਾਂ 2 ਲੱਖ ਇਹਨਾਂ ਦਾ 2 ਲੱਖ ਰੁਪਇਆ 2 ਲੱਖ ਲਿਆ ਹਾਂਜੀ ਤੇ ਤੂੰ ਕਿਹਨੂੰ ਦਿੱਤੇ ਸਾਬੀ ਨੂੰ ਦਿੱਤੇ ਜੀ ਸਾਬੀ ਦੇ ਦਫ਼ਤਰ ਤੇ ਸਾਬੀ ਨੂੰ ਦਿੱਤਾ ਹੋਰ ਕਿਹਨੂੰ ਦਿੱਤੇ ਸਾਬੀ ਕਹਿੰਦਾ ਮੈਂ ਅੱਗੇ ਦੇਣੇ ਆ ਜੀ ਰਾਜਨ ਨੂੰ ਇਹਨਾਂ ਦਾ ਕੰਮ ਕਰਾਉਣਾ ਬਾਕੀ ਪੇਮੈਂਟ ਜਿਹੜੀ ਤੇਰੇ ਕੋਲ ਵੀਡੀਓ ਹੈਗੀ ਕੋਈ ਕਿਹਦੀ ਤੂੰ ਸਾਬੀ ਨੂੰ ਦਿੱਤੇ ਸਭ ਉਹ ਸਾਬੀ ਦੇ ਦਫ਼ਤਰ 'ਚ ਬੈਠ ਕੇ ਤਾਂ ਵੀਡੀਓ ਬਣਾਈ ਜਾਂਦਾ ਨਹੀਂ ਪਤਾ ਤੂੰ ਤਾਂ ਤੇਰੇ ਨਾਲ ਗੱਲ ਹੁੰਦੀ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਮਾਤਾ ਜੀ ਗੱਲ ਹੋਈ ਹੈ ਤਾਂ ਤੂੰ ਇਹ ਦੱਸ ਕਿ ਅਗਲੇ ਕਹਿੰਦੇ ਹੁਣ ਉਹਨਾਂ ਨੇ ਤੈਨੂੰ ਦਿੱਤੇ ਆ ਹਾਂ ਜੀ ਪੈਸੇ ਤੇਰੇ ਕੋਲ ਲੈਣੇ ਆ ਹਾਂ ਪੈਸੇ ਮਾਤਾ ਕਿੱਥੇ ਬਹਿ ਕੇ ਦਿੱਤੇ ਸੀ ਸਾਬੀ ਦੇ ਦਫ਼ਤਰ 'ਚ ਬਹਿ ਕੇ ਦਿੱਤੇ ਹੁਣ ਤੂੰ ਤਾਂ ਮੇਰੀ ਗੱਲ ਸੁਣਾ ਵੀਰ ਤੂੰ ਮੇਰੀ ਗੱਲ ਸੁਣਾ ਡਰ ਉਹ ਭਾਈ ਸਾਹਿਬ ਹੁਣ ਵੀ ਆਪਣੀ ਜਗ੍ਹਾ ਠੀਕ ਹੈ ਡਰ ਉਹਨਾਂ ਨੂੰ ਇਹ ਵੀ ਸਤਾਉਂਦਾ ਬੇਇੱਜ਼ਤੀ ਉਹਨਾਂ ਦੀ ਹੋ ਰਹੀ ਇਨਸਲਟ ਹੈ ਮੈਂ ਇਹ ਸੋਚਣਾ ਹੋਰ ਕਿ ਸਾਡਾ ਉਹ ਦਫ਼ਤਰ ਜਾ ਕੇ ਕੱਟ ਹੋਇਆ ਪਿਆ ਇੰਨਾ ਮੇਰੇ ਦੇ ਇੱਥੇ ਦੋ ਬੰਦੇ ਉੱਪਰ ਚੜਦੇ ਹਾਂ ਮਿਲਣ ਵਰਤਨ ਆਓ ਕੀ ਸੱਦ ਕੇ ਅਸੀਂ ਤਾਂ ਆਪ ਲੋਕਾਂ ਦੇ ਕੰਮ ਕਰਾਈਏ ਵੀਰ ਜੀ ਇਹ ਬੰਦੇ ਮੰਗ ਰਹੇ ਆ ਭਾਈ ਇਹ ਬੰਦੇ ਮੰਗ ਰਹੇ ਆ ਇਹਨੂੰ ਭਾਈ ਫਿਰ ਤੁਸੀਂ ਇਹਨੂੰ ਮੜਾ ਇਹਨੂੰ ਵੀ ਕਰੋ ਯਾਰ ਮੇਰੀ ਗੱਡੀ ਉਹਦਾ ਮੈਂ ਬੰਦਾ ਰੱਖਿਆ ਤੇ ਹਾਂ ਜੀ ਫਿਰ ਇਹਨੂੰ ਮੜਾ ਫਿਰ ਇਹਨੂੰ ਦਬਾਓ ਇਹ ਤੋਂ ਪੈਸੇ ਰੁਕ ਜਾ ਮੈਂ ਤਾਂ ਆਏਗਾ ਤੁਸੀਂ ਬਾਹਰ ਬਿਟੋ ਦੋ ਬੰਦੇ ਅੰਦਰ ਆਓ ਮੈਂ ਗੱਲ ਕਰਦਾ ਤਾਂ ਮੈਂ ਨਾਲ ਖੜਾ ਪਿਆ ਜੂ ਬੈਠ ਜਾ ਇੱਥੇ